ਵਿਹਿ ਧਾਲ ਅਰ ਦੇਵਾ ਦਰ ਪਹਿ ਸਿੱਧ ਸਾਧਕ ਦਰ ਮੋਇਆ ਲੱਖ ਚੌਰਾਸੀ ਹੀ ਮਰ ਮਰ ਜਨਮੇ ਫਿਰ ਫਿਰ ਜੋਨੀ ਜੋਇਆ। ਗੁਰੂ ਪਿਆਰਿਓ ਦੇਹ ਧਾਰ ਆ ਜਿਹੜਾ ਆਪਾਂ ਨੂੰ ਵਾਹਿਗੁਰੂ ਨੇ ਸਰੀਰ ਦਿੱਤਾ ਨਾ ਇਹ ਦੇਹ ਹੈ ਇਹਨੂੰ ਬੇਅੰਤ ਧਾਰਨ ਕਰਨ ਵਾਲੇ ਲੋਕ ਹੈ। ਅਰ ਦੇਵਾ ਦੇਵਾ ਕਹਿੰਦੇ ਆ ਦੇਵਤਿਆਂ ਨੂੰ ਇੱਕ ਆਤ ਲੋਕ ਹੈ ਇੱਕ ਦੇਵ ਲੋਕ ਹੈ। ਮਾਤ ਲੋਕ ਤੇ ਆ ਕੇ ਜੀਵਨ ਗੁਰੂ ਦੇ ਨਾਲ ਮਿਲ ਜਾਂਦਾ ਹੈ ਪਰ ਇੱਥੋਂ ਚਾਹੁੰਦੇ ਅਸੀਂ ਕੀ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਦੇਵ ਲੋਕ ਚਲੇ ਜਾਈਏ ਦੇਵ ਲੋਕ ਦਾ ਭਾਵਾ ਵੀ ਦੇ ਉੱਤੇ ਬਣ ਜਾਈਏ। ਗੁਰੂ ਜੀ ਦੇ ਬੇਅੰਤ ਸ਼ਬਦਾਂ ਵਿੱਚ ਬਖਸ਼ਿਸ਼ ਕਰੀ ਕਹਿੰਦੇ ਦੇਵ ਲੋਕ ਵਿੱਚ ਜਾ ਕੇ ਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਕਾਰਨ ਸਾਰੇ ਉਸ ਵਾਹਿਗੁਰੂ ਪਰਮਾਤਮਾ ਦੇ ਭੈ ਵਿੱਚ ਨੇ ਪਰ ਆ ਜਿਹੜਾ ਜੀਵਨ ਹੈ ਨਾ ਦੇਹ ਮਿਲੀ ਆਪਾਂ ਨੂੰ ਇਹ ਸਭ ਤੋਂ ਉੱਤਮ ਸਮਾਂ ਵਾਹਿਗੁਰੂ ਨੂੰ ਪ੍ਰਾਪਤੀ ਕਰਨ ਦਾ। ਗੁਰੂ ਬਾਣੀ ਦਾ ਸੰਦੇਸ਼ ਹੈ ਹੁਕਮ ਹੈ ਕਹਿੰਦੇ ਪਿਆਰੋ ਇਸ ਦੇਹੀ ਕੋ ਲੋਚੈ ਦੇਵ ਤਿਸ ਦੇਹੀ ਭਜ ਹਰ ਕੀ ਸੇਵ। ਅਸੀਂ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਨੂੰ ਮਿਲਣ ਲਈ ਆਏ ਹਾਂ ਪਰ ਅਸੀਂ ਮੰਗਦੇ ਕੀ ਹੈ ਕਹਿੰਦੇ ਅਸੀਂ ਦੇਵ ਲੋਕ ਮੰਗਦੇ ਹਾਂ ਦੇਵ ਲੋਕ ਵਾਲੇ ਕਹਿੰਦੇ ਭੈਚ ਹੈ ਬਈ ਇੱਥੋਂ ਸਾਨੂੰ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਇਸ ਲਈ ਸਿੱਧ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕਰ ਲਈਆਂ ਵਾਹਿਗੁਰੂ ਦੀ ਬੰਦਗੀ ਕਰੀ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ ਗਏ ਉਹਨਾਂ ਨੂੰ ਪ੍ਰਾਪਤ ਕਰਨ ਵਾਲੇ ਕਹਿੰਦੇ ਕਰ ਹੋਇਆ ਉਹ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੇ ਭੈ ਵਿੱਚ ਕੰਬ ਕੰਬ ਮਰਦੇ ਹੈ ਭਾਵ ਹਮੇਸ਼ਾ ਉਹਦੇ ਭੈ ਵਿੱਚ ਹੈ ਹਮੇਸ਼ਾ ਦੀ ਰਜਾ ਦੇ ਵਿੱਚ ਵੀ ਰਹਿੰਦੇ ਹੈ ਪਰ ਉਹਦੇ ਡਰਦੇ ਵੀ ਰਹਿੰਦੇ ਹੈ ਕਿਉਂਕਿ ਗੁਰੂ ਦੀ ਕਿਰਪਾ ਦੇ ਬਗੈਰ ਭੈ ਤੋਂ ਮੁਕਤ ਨਹੀਂ ਹੋਈਦਾ ਇਹ ਵਾਹਿਗੁਰੂ ਪਰਮਾਤਮਾ ਨੇ ਜੀਵਨ ਦਿੱਤਾ ਨਾ ਜਿਹੜਾ ਸਾਨੂੰ ਗੁਰੂ ਦੀ ਸ਼ਰਨ ਤੋਂ ਬਿਨਾਂ ਅਸੀਂ ਦਰ ਦਰ ਜਾਉਂਦੇ ਹਾਂ ਜਿਹੜੇ ਵੀ ਡਰ ਰਾਤ ਤੋਂ ਵੀ ਡਰ ਭੈ ਤੋਂ ਮੁਕਤ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋਈਦਾ। ਲੱਖ 84 ਮਰ ਮਰ ਜਨਮ ਹੈ ਗੁਰੂ ਪਿਆਰੇ ਉਹ 84 ਲੱਖ ਜੋਨੀ ਹੈ ਮਰ ਕੇ ਮਰਦੀ ਹੈ ਫਿਰ ਮਰ ਕੇ ਜਨਮ ਮਿਲ ਜਾਂਦਾ ਵਿੱਚ ਜੋਨੀ ਜੋੜਾ ਇੱਕ ਜੀਵਨ ਤੋਂ ਦੂਸਰੇ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਜਿਹੜਾ ਆਹ ਜੀਵਨ ਹੈ ਨਾ ਇਹ 84 ਲੱਖ ਜੋਨੀ ਦੇ ਵਿੱਚੋਂ ਸਰਵ ਸ੍ਰੇਸ਼ਟ ਜੀਵਨ ਹੈ। ਇਸ ਜੀਵਨ ਦੇ ਨਾਲ ਪੂਰਨ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੀ ਪ੍ਰਾਪਤੀ ਹੋ ਸਕਦੀ ਹੈ ਬਾਕੀ ਮਹਾਰੇ ਸਾਰਾ ਚੱਕਰ ਹੀ ਲੱਗੀ ਜਾਂਦਾ ਜਨਮ ਹੋ ਜਾਂਦਾ ਮਰ ਜਾਂਦਾ ਮਰਦਾ ਤੇ ਜਨਮ ਹੁੰਦਾ ਇੱਕ ਤੋਂ ਦੂਸਰਾ ਦੂਸਰੇ ਤੋਂ ਤੀਸਰਾ ਇਸ ਤਰ੍ਹਾਂ ਪਿਆਰਿਓ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੀ ਬੰਦਗੀ ਤੋਂ ਬਗੈਰ ਜੀਵਨ ਨਹੀਂ ਸਫਲ ਹੋ ਸਕਦਾ ਪੰਜਵੇਂ ਪਾਤਸ਼ਾਹ ਇਉਂ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਰਾਜਸ ਸਾਤਕ ਤਾਮਸ ਦਰ ਪਹਿ ਕੇਤੇ ਰੂਪ ਪਾਇਆ ਛਲ ਬਪਰੀ ਇਹ ਕੌਲਾ ਦਰ ਪੈ ਅਤ ਡਰ ਪੈ ਧਰਮ ਰਾਇਆ। ਤਿੰਨ ਵਿਸ਼ੇਸ਼ ਕਰਮ ਨੇ ਤਿੰਨ ਗੁਣ ਨੇ ਤਿੰਨਾਂ ਗੁਣਾਂ ਦੇ ਨਾਲ ਹੀ ਜੀਵ ਦਾ ਜੀਵਨ ਚੱਲਦਾ ਰਜੋ ਗੁਣ ਸਤੋ ਗੁਣ ਤਮੋ ਗੁਣ ਇਹ ਤਿੰਨ ਗੁਣ ਵਿਸ਼ੇਸ਼ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਵਿੱਚ ਹੀ ਉਲਝਿਆ ਵਾ। ਮਹਾਰੇ ਕਹਿੰਦੇ ਪਿਆਰਿਓ ਤਿੰਨਾਂ ਗੁਣਾਂ ਦੇ ਧਾਰਨ ਵਾਲੇ ਕਹਿੰਦੇ ਵਾਹਿਗੁਰੂ ਪਰਮਾਤਮਾ ਦੇ ਭੈ ਵਿੱਚ ਨੇ ਉਹ ਕਿੰਨੇ ਕਿੰਨੇ ਰੂਪ ਪਾਇਆ ਕਹਿੰਦੇ ਕਿੰਨੇ ਹੀ ਜੀਵਨ ਕਿੰਨੇ ਸਰੂਪ ਉਹਨਾਂ ਨੇ ਧਾਰਨ ਕਰਦੇ ਕਿੰਨੀ ਵੱਡੀ ਬਖਸ਼ਿਸ਼ ਹੋ ਗਈ ਪਰ ਇਹ ਤਿੰਨ ਗੁਣਾਂ ਦੇ ਵਿੱਚ ਹਰ ਬੰਦਾ ਕਹਿੰਦੇ ਚੱਕਰ 'ਚ ਘੁੰਮ ਰਿਹਾ ਤਿੰਨੇ ਗੁਣ ਜਿਹੜੇ ਤਿੰਨੇ ਗੁਣ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਪ੍ਰਭੂ ਦੇ ਹੁਕਮ ਵਿੱਚ ਨੇ ਇਹ ਤਿੰਨਾਂ ਗੁਣਾਂ ਵਾਲੇ ਰਜੋ ਗੁਣ ਵਾਲੇ ਵੀ ਸਤੋ ਗੁਣ ਵਾਲੇ ਵੀ ਤੇ ਰਜੋ ਗੁਣ ਵਾਲੇ ਵੀ ਭਾਵ ਰਾਜਸੀ ਜੀਵਨ ਵਾਲੇ ਵੀ ਸਾਤਵਕ ਸਭ ਤੋਂ ਸ੍ਰੇਸ਼ਟ ਜੀਵਨ ਵਾਲੇ ਵੀ ਤੇ ਤਮੋ ਗੁਣ ਹੁਣ ਤਮਾ ਦਾ ਭਜਾਇਆ ਤਿੰਨ ਰਾਤ ਭਜਦਾ ਤੇਰੇ ਸਿਰ ਕਾਲ ਦਾ ਨਗਾਰਾ ਵੱਜਦਾ ਜੀਵ ਜਿੰਨਾ ਵੀ ਕਰਮ ਕਰਦਾ ਤਾਂ ਸਾਰਾ ਕੌਮ ਦੇ ਵਿੱਚ ਭੱਜਿਆ ਫਿਰਦਾ ਜ਼ਿਆਦੇ ਲੋਕ ਆਪਾਂ ਸਾਰੇ ਭਾਈਦੇ ਕਿੱਧਰ ਨੂੰ ਆ ਤਮਾਂ ਦੇ ਭਜਾਏ ਤੇ ਕਾਹਦੇ ਕਦਰ ਭਾਈਦੇ ਆ ਗੁਰੂ
ਸੰਸਾਰ ਮਾਇਆ ਦੀ ਹੈ ਤੇ ਮਾਇਆ ਮਗਰ ਹੀ ਭੱਜਦੇ ਹੈ। ਸਾਰੀ ਦੁਨੀਆ ਮਾਇਆ ਮਗਰ ਭੱਜੀ ਫਿਰਦੀ ਹੈ, ਸਾਰਾ ਸੰਸਾਰ ਮਾਇਆ ਦੇ ਪਿੱਛੇ ਪਿੱਛੇ ਚੱਲਦਾ ਵਾ। ਕੋਈ ਆਪਣਾ ਨਗਰ ਛੱਡ ਕੇ ਸ਼ਹਿਰ ਨੂੰ ਆਉਂਦਾ, ਕੋਈ ਸ਼ਹਿਰ ਛੱਡ ਕੇ ਵਿਦੇਸ਼ ਆਉਂਦਾ, ਭਾਵ ਜਿੱਥੇ ਮਰਜ਼ੀ ਚੱਕਰ ਲਾਈਏ ਸਾਡਾ ਸਾਰਾ ਭਾਵ ਮਾਇਆ ਵੀ ਹੈ। ਪਰ ਕਹਿੰਦੇ ਜਿਹੜੀ ਮਾਇਆ ਵਾ ਕਿਹੜੇ ਸਾਰਾ ਸੰਸਾਰ ਛੱਡ ਲਿਆ, ਦੁਨੀਆ ਛੜੀ ਹੋਈ ਹੈ ਤੇ ਕਹਿੰਦਾ ਛੱਡ ਗੋਪੜੀਏ ਕੌਲਾ ਡਰ ਪੇ। ਜਿਹੜੀ ਮਾਇਆ ਵਾ ਇਹ ਵੀ ਵਾਹਿਗੁਰੂ ਦੇ ਭੈ ਵਿੱਚ ਹੈ, ਜਿਹਨੂੰ ਆਪਾਂ ਲਕਸ਼ਮੀ ਕਹਿ ਦਿੰਦੇ ਹਾਂ, ਉਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੈ। ਪਰ ਸਾਰਾ ਸੰਸਾਰ ਇਹਨੇ ਛੱਡ ਲਿਆ, ਸਾਰੀ ਦੁਨੀਆ ਮਾਇਆ ਦੀ ਛੜੀ ਹੋਈ ਹੈ, ਮਾਇਆ ਦੇ ਪ੍ਰਭਾਵ ਵਿੱਚ ਦਿਨ ਰਾਤ ਤੁਰੇ ਫਿਰਦੇ ਹਾਂ। ਇਹ ਗਿਆਨ ਨਹੀਂ ਗਾ ਬਈ ਸਾਡੇ ਜਿਹੜਾ ਉੱਪਰ ਮੌਤ ਦਾ ਮਾਲ ਦਾ ਨਗਾਰਾ ਵੱਜਦਾ ਵਾ, ਕਿਉਂਕਿ ਇਹ ਜਿਹੜਾ ਜੀਵਨ ਆ ਨਾ ਇੱਥੋਂ ਪ੍ਰਾਪਤ ਕਰਨ ਲਈ ਆਏ ਹਾਂ ਤੇ ਪ੍ਰਾਪਤ ਹੋਵੇਗਾ ਕਿਵੇਂ। ਇੱਕ ਸ਼ਬਦ ਕਹਾਂ ਲਿਖਿਆ ਇਸ ਭਾਵ ਦਾ, ਕਹਿੰਦੇ ਜੀਵ ਜਗ ਸ਼ਰਾਮ ਮੁਸਾਫਰਾਂ ਦੀ, ਜੀਵ ਜਗ ਸ਼ਰਾਮ ਮੁਸਾਫਰਾਂ ਦੀ, ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ, ਕਈ ਜੀਵ ਆ ਕੇ ਜਨਮ ਲੈਣ ਇੱਥੇ, ਕਈ ਇਸ ਜਹਾਨ ਚੋਂ ਤੁਰੇ ਜਾਂਦੇ, ਕਈ ਫਲ ਦੇ ਚੇਤ ਦੀ ਰੁੱਤ ਵਾਂਗੂ, ਕਈ ਵਾਰ ਬਤਾਸਿਆਂ ਤੁਰੇ ਜਾਂਦੇ। ਫਲ ਗੁਰੂ ਦੇ ਚਰਨ ਦਰਬਾਰ ਸਿੰਘਾ ਇੱਥੋਂ ਮਨਮੁੱਖ ਬਹੁਤ ਨਬੁਰੇ ਜਾਂਦੇ। ਗੁਰੂ ਪਿਆਰਿਓ ਜਿਹੜਾ ਨਬੁਰਾ ਨਾ ਜਿਹਨੇ ਗੁਰੂ ਦੀ ਸ਼ਰਨ ਨਹੀਂ ਪ੍ਰਾਪਤ ਕਰੀ ਉਹ ਇਸ ਸੰਸਾਰ ਵਿੱਚੋਂ ਦੇਖੋ ਜਾਣਾ ਤਾਂ ਸਭ ਨਹੀਂ ਹੈ। ਗੁਰੂ ਬਾਣੀ ਦਾ ਫਰਮਾਨ ਆ ਵੀ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ। ਜਦੋਂ ਆਪਾਂ ਨੂੰ ਵਾਹਿਗੁਰੂ ਦਾ ਹੁਕਮ ਆ ਗਿਆ, ਸਮਾਂ ਆ ਗਿਆ, ਸਭ ਨੇ ਚਲੇ ਜਾਣਾ। ਪਰ ਇੱਕੋ ਲੋਕ ਨੇ ਜਿਹੜੇ ਸੰਸਾਰ ਤੋਂ ਜਾਂਦੇ ਆ ਪਰ ਜਾਂਦੇ ਨਬੂਰੇ ਆ। ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ ਚ ਨਹੀਂ ਨਾ ਆਉਂਦੇ ਓਨਾ ਚਿਰ ਸਾਡਾ ਜੀਵਨ ਨਹੀਂ ਸਫਲ ਹੋ ਸਕਦਾ। ਇਸ ਲਈ ਸੰਸਾਰ ਦੇ ਉੱਤੇ ਬੜਾ ਪ੍ਰਭਾਵ ਮਾਇਆ ਦਾ, ਸ਼ਰ ਮੋਪਰੀਏ ਕੌਲਾ ਡਰ ਪੇ। ਉਸ ਵਾਹਿਗੁਰੂ ਦੇ ਭੈ ਵਿੱਚ ਮਾਇਆ ਵੀ ਹੈ ਜਿਹੜੀ ਮਾਇਆ ਨੇ ਸਾਰੇ ਸੰਸਾਰ ਨੂੰ ਸਾਧਿਆ। ਅੱਜ ਡਰ ਪੈ ਧਰਮ ਰਾਇਆ, ਹੁਣ ਧਰਮ ਰਾਏ ਦਾ ਭਾਵ ਉਹ ਥਾਂ ਹੈ ਜਿੱਥੇ ਲੇਖਾ ਜੋਖਾ ਹੁੰਦਾ, ਜੀਵ ਕਰਮ ਕਰਦਾ, ਕਰਮਾਂ ਦੇ ਨਾਲ ਉਹਨੂੰ ਫਲ ਭੋਗਣਾ ਪੈਂਦਾ। ਜਿਹੜਾ ਕਰਮਾਂ ਦਾ ਫਲ ਆ ਨਾ, ਇਹ ਹਰ ਮਨੁੱਖ ਨੂੰ ਕਰਮਾਂ ਦਾ ਫਲ ਭੋਗਣਾ ਪੈਂਦਾ। ਕਈ ਵਾਰ ਕਈ ਵਿਚਾਰ ਆ ਜਾਂਦੀ ਹੈ ਵੀ ਜਿਹੜਾ ਜੀਵਨ ਹੈ ਇਹਦੇ ਵਿੱਚ ਜੇ ਦੁੱਖ ਸੁੱਖ ਆਉਂਦਾ। ਕਈ ਗਿਆਨੀ ਲੋਕ ਸਤਿਕਾਰ ਲੋਕ ਕਹਿੰਦੇ ਪਿਆਰੇ ਆ ਵੀ ਇਹ ਪਿਛਲੇ ਕਰਮਾਂ ਦਾ ਫਲ ਹੈ। ਕਈ ਸੱਜਣ ਪੁਰਸ਼ ਕਹਿੰਦੇ ਵੀ ਨਾ, ਇਹ ਕੁਛ ਕੋਈ ਨਹੀਂ ਭਾਵ ਹੈਗਾ, ਮਨੁੱਖ ਨੂੰ ਇੱਥੇ ਹੀ ਕਰਮ ਕਰਨੇ ਪੈਂਦੇ ਆ, ਇੱਥੇ ਹੀ ਭੋਗਣਾ ਪੈਂਦਾ, ਪਿਛਲਾ ਕਰਮ ਕੋਈ ਨਹੀਂ ਗਾ। ਪਰ ਗੁਰਮੁਖ ਲੋਕ ਸਾਨੂੰ ਵਿਚਾਰ ਵਾਂਗ ਦੱਸ ਦਿੰਦੇ ਆ, ਉਹ ਕਹਿੰਦੇ ਭਾਈ ਵਿਚਾਰ ਕਰੋ, ਆ ਜਦੋਂ ਸਾਨੂੰ ਮਨੁੱਖਾ ਜਨਮ ਮਿਲਦਾ ਵਾ ਇਸ ਦੁਨੀਆਂ ਤੇ ਆਉਣੇ ਆ, ਇੱਕ ਬੱਚਾ ਸੰਸਾਰ ਤੇ ਆਉਂਦਾ, ਉਹਨੂੰ ਸਾਰੇ ਸੰਸਾਰ ਦੇ ਸੁੱਖ, ਸਾਰੀ ਸੰਸਾਰ ਦੀ ਸੰਪਤੀ, ਸੰਸਾਰ ਦਾ ਧਨ, ਸੰਸਾਰ ਦੇ ਸੁੱਖ ਸਾਧਨ ਪ੍ਰਾਪਤ ਹੋ ਜਾਂਦੇ ਆ। ਤੇ ਇੱਕ ਬੱਚਾ ਜਨਮ ਲੈਂਦਾ ਉਹਨੂੰ ਵਿਚਾਰੇ ਨੂੰ ਲਪੇਟਣ ਲਈ ਕੱਪੜਾ ਵੀ ਨਹੀਂ ਮਿਲਦਾ ਵਾ। ਹੁਣ ਜੇ ਆਪਾਂ ਵਿਚਾਰ ਕਰੀਏ ਵੀ ਜਿਹਨੂੰ ਸਾਰੇ ਸੰਸਾਰ ਦੇ ਸੁੱਖ ਸਾਧਨ ਮਿਲ ਗਏ ਉਹਨੇ ਇਸ ਸੰਸਾਰ ਦੇ ਵਿੱਚ ਕੀ ਕਰਦੇ ਹੋ, ਸਾਰੀ ਉਹਨੂੰ ਸਾਰਾ ਕੁਛ ਮਿਲ ਗਿਆ। ਤੇ ਜਿਹੜੇ ਵਿਚਾਰੇ ਇੱਕ ਬੱਚੇ ਨੂੰ ਲਪੇਟਣ ਵਾਸਤੇ ਕੱਪੜਾ ਵੀ ਮਿਲਿਆ ਉਹਨੇ ਕੀ ਗੁਆ ਲਿਆ, ਇਹ ਪਿਛਲੇ ਕਰਮਾਂ ਦਾ ਫਲ ਹੈ। ਪਰ ਫਿਰ ਕਰਮਾਂ ਦਾ ਫਲ ਨਾਲ ਦੀ ਨਾਲ ਵੀ ਪ੍ਰਾਪਤ ਹੁੰਦਾ ਹੈ। ਜਦੋਂ ਇੱਕ ਮਨੁੱਖ ਨੂੰ ਸਾਰੇ ਸੁੱਖ ਸਾਧਨ, ਸਭ ਖੁਸ਼ੀਆਂ, ਸਭ ਪਦਾਰਥ ਮਿਲ ਜਾਂਦੇ ਆ ਪਰ ਉਹ ਕਰਮ ਨਹੀਂ ਕਰਦਾ, ਹੌਲੀ 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 ਸਾਰਾ ਕੁਝ ਗੁਆ ਲੈਂਦਾ। ਤੇ ਇੱਕ ਨੂੰ ਪਹਿਲਾਂ ਕੁਛ ਨਹੀਂ ਮਿਲਦਾ, ਬਾਅਦ ਇੰਨਾ ਕਰਮ ਕਰਦਾ ਨਾ ਇਸ ਸੰਸਾਰ ਦੇ ਉੱਤੇ ਸਾਰੇ ਸੁੱਖਾਂ ਸਾਧਨਾਂ ਦੀ ਪ੍ਰਾਪਤੀ ਕਰ ਲੈਂਦਾ। ਇਹ ਕਰਮਾਂ ਦਾ ਫਲ ਹੈ। ਹੁਣ ਆਪਾਂ ਸੰਸਾਰ ਵਿੱਚ ਆਏ ਹਾਂ, ਕੀ ਲੈ ਕੇ ਆਏ ਸੀ, ਮੁੱਠੀਆਂ ਤਾਂ ਬੰਦ ਸੀ ਪਰ ਕਰਮਾਂ ਦਾ ਫਲ ਲੈ ਕੇ ਆਏ ਸੀ। ਜਦੋਂ ਜੀਵ ਕਰਮ ਕਰਦਾ ਫਿਰ ਸਾਰੇ ਸੁੱਖ ਲੈ ਲੈਂਦਾ। ਹੁਣ ਤੁਸੀਂ ਜਦੋਂ ਆਪਣੇ ਦੇਸ਼ ਤੋਂ ਇਸ ਦੇਸ਼ ਭਾਵ ਕਨੇਡਾ ਵਿੱਚ ਆਏ ਹੋ, ਕੀ ਲੈ ਕੇ ਆਏ ਸੀ, ਇੱਕ ਟੈਂਟੀ ਚ 5-7 ਕੱਪੜੇ ਹੋਣੇ ਆ,
ਥੋੜਾ ਬਣਾ ਦੇ ਤੇ ਤੁਹਾਨੂੰ ਹੋਊਗਾ, ਪਰ ਇੱਥੇ ਆ ਕੇ ਕਰਮ ਕਰਿਆ, ਕਮਾਈ ਕਰੀ ਤੇ ਸਾਰੇ ਸੁੱਖ ਸਾਧਨ ਮਿਲ ਗਏ ਹਨ, ਇਸ ਲਈ ਕਰਮਾਂ ਦਾ ਫਲ ਹੈ। ਪਿਆਰੇ, ਜਦੋਂ ਮਨੁੱਖ ਕਰਮ ਕਰਦਾ ਉਹਦਾ ਫਲ ਹੈ, ਚੰਗਾ ਵੀ ਫਲ ਮਿਲਦਾ, ਮੰਦੇ ਕਰਮਾਂ ਦਾ ਵੀ ਫਲ ਮਿਲਦਾ। ਜੇ ਇੱਥੇ ਆ ਕੇ ਆਪਾਂ ਸੁੱਖ ਸੰਪਤੀ ਦੇ ਸਾਧਨ ਲੈਂਦੇ ਹਾਂ ਕਿ ਚੰਗੇ ਕਰਮਾਂ ਦਾ ਫਲ ਹੈ, ਤੇ ਜੇ ਇੱਥੇ ਕੋਈ ਗਲਤੀ ਕਰਾਂਗੇ, ਕੋਈ ਦੋਸ਼ ਕਰਾਂਗੇ, ਫਿਰ ਸਰਕਾਰ ਉਹਦੀ ਸਜ਼ਾ ਵੀ ਦੇ ਦਿੰਦੀ ਹੈ। ਇਸੇ ਤਰ੍ਹਾਂ ਉਹ ਸੱਚਾ ਦਰਬਾਰ ਹੈ ਜਿੱਥੇ ਕਿਤੇ ਧਰਮ ਰਾਏ ਦੀ ਕਰਮ ਚੱਲਦੀ ਹੈ, ਪਰ ਸਾਰੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਹੁਕਮ 'ਚ ਨੇ, ਉਹਦੇ ਆਗਿਆਕਾਰੀ ਹੈ। ਸਾਰੇ ਥਾਂ ਵਾਹਿਗੁਰੂ ਦਾ ਹੀ ਹੁਕਮ ਚੱਲਦਾ, ਉਹਦੀ ਰਜ਼ਾ ਵਿੱਚ ਰਹਿ ਕੇ ਕਰਮ ਕਰਦੇ ਨੇ, ਸਭ ਭੈ ਵਿੱਚ ਨੇ ਉਹਦੇ ਪਿਆਰੇ। ਉਹ ਇਸ ਲਈ ਹੇ ਜੀਵ, ਤੂੰ ਵੀ ਵਾਹਿਗੁਰੂ ਦੇ ਭੈ ਵਿੱਚ ਰਹਿ ਕੇ ਜੀਵਨ ਬਤੀਤ ਕਰ, ਤੂੰ ਵੀ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਕੰਮ ਕਰ, ਤੂੰ ਵੀ ਪ੍ਰਭੂ ਦੇ ਹੁਕਮ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰ, ਤਾਂ ਕਿ ਤੇਰਾ ਜਿਹੜਾ ਜੀਵਨ ਸਫਲ ਹੋਵੇ, ਇਹ ਆਉਣਾ ਸੰਸਾਰ ਤੇ ਸਾਡਾ ਸਫਲਾ ਹੋਵੇ, ਇਹ ਜਿਹੜਾ ਜੀਵਨ ਮਿਲਿਆ ਵਾ ਇਹਨੂੰ ਅਸੀਂ ਪੂਰਨ ਸਫਲ ਕਰ ਲਈਏ। ਇਸੇ ਤਰ੍ਹਾਂ ਗੁਰੂ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਆਪਣੇ ਤੇ ਕਿਰਪਾ ਕਰ ਰਹੇ ਨੇ, ਇਉਂ ਫਰਮਾ ਰਹੇ ਆ। ਸਗਲ ਸਮਗਰੀ ਡਰ ਹੈ ਵਿਆਪੀ, ਬਿਨ ਡਰ ਕਰਨੈ ਹਾਰਾ, ਕਹੋ ਨਾਨਕ ਭਗਤਨ ਕਾ ਸੰਗੀ, ਭਗਤ ਸੋ ਹੈ ਦਰਬਾਰਾ। ਸਗਲ ਸਮਗਰੀ, ਸਾਰਾ ਸੰਸਾਰ ਜਿੰਨੀ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੀ ਰਚੀ ਹੋਈ ਦੁਨੀਆ ਨੂੰ ਆ ਕੁਦਰਤ ਦੇ ਕਾਗਰ ਨੇ ਬੇਅੰਤ ਰਚਨਾ ਰਚੀ ਹੈ। ਪਿਆਰੇ, ਜੇ ਚਾਰ ਸਫੇਰੇ ਨਜ਼ਰ ਮਾਰਾਂਗੇ ਨਾ, ਫਿਰ ਉਸ ਕੁਦਰਤ ਦੇ ਕਾਗਰ ਦਾ ਅੰਤ ਨਹੀਂ ਪਾਇਆ ਸਕਦਾ, ਉਸ ਵਾਹਿਗੁਰੂ ਦੇ ਅਸੀਂ ਅੰਤ ਨੂੰ ਪਾ ਨਹੀਂ ਸਕਦੇ, ਉਹਦੀਆਂ ਰਚਨਾ ਬੇਅੰਤ ਨੇ। ਪਰ ਸਾਰੀ ਕੁਦਰਤ ਦੇ ਕਾਗਰ ਦੇ ਮਾਲਕ ਦੇ ਹੁਕਮ ਵਿੱਚ ਹੈ, ਉਹਦੇ ਭੈ ਵਿੱਚ ਹੈ, ਉਹਦੀ ਰਜ਼ਾ ਵਿੱਚ ਹੈ। ਇਸੇ ਲਈ ਗੁਰੂ ਜੀ ਕਹਿੰਦੇ ਸਗਲ ਸਮਗਰੀ ਡਰੈ ਵਿਆਪੀ, ਸਾਰੀ ਸਮਗਰੀ ਤੇ, ਸਾਰੀ ਸ੍ਰਿਸ਼ਟੀ ਤੇ, ਸਾਰੇ ਸੰਸਾਰ ਤੇ, ਸਾਰੇ ਵਿਸ਼ਵ ਤੇ ਵਾਹਿਗੁਰੂ ਦਾ ਹੁਕਮ ਦਾ ਭੈ ਹੈ, ਸਾਰੇ ਰਜ਼ਾ ਹੈ। ਬਿਨ ਡਰ ਕਰਨੇ ਹਾਰਾ, ਉਸ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਕੋਈ ਨਹੀਂ, ਜਿਹਦੇ ਤੇ ਵਾਹਿਗੁਰੂ ਦਾ ਹਜ਼ਾਰੀ ਕੋਈ ਹੈ, ਨਿਰੰਕਾਰ, ਬਾਕੀ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਭੈ ਚ ਹੈ। ਵਾਹਿਗੁਰੂ ਕਰਤਾ ਪੁਰਖ ਹੈ, ਜਿਹੜਾ ਨਾ ਕਰਮ ਕਾਰਨ ਸੁਮਰਥ ਨਿਰੰਕਾਰ ਹੈ, ਪਿਆਰਿਓ ਉਹ ਤੋਂ ਬਿਨਾਂ, ਇੱਕੋ ਬਿਨਾਂ ਸਾਰਾ ਸੰਸਾਰ ਉਹਦੇ ਭੈ ਵਿੱਚ ਹੈ। ਇਹ ਕੌਣ ਬਖਸ਼ਿਸ਼ ਕਰਦੇ ਨੇ? ਗੁਰੂ ਦੀ ਕਿਰਪਾ ਕਰੇ ਨੇ। ਪਾਤਸ਼ਾਹ ਕਹਿੰਦੇ ਕਹੋ ਨਾਨਕ ਭਗਤਨ ਕਾ ਸੰਗੀ, ਗੁਰੂ ਜੀ ਬਖਸ਼ਿਸ਼ ਕਰਦੇ, ਪਰ ਜਿਵੇਂ ਨਾਨਕ ਕਹਿ ਰਹੇ, ਕਹਿੰਦੇ ਭਗਤਨ ਕਾ ਸੰਗੀ ਹੈ, ਜਿਹੜੇ ਬੰਦਗੀ ਕਰਨ ਵਾਲੇ ਹਨ, ਵਾਹਿਗੁਰੂ ਦਾ ਨਾਮ ਜਪਣ ਵਾਲੇ ਨੇ, ਪਰਮੇਸ਼ਵਰ ਦਾ ਸਿਮਰਨ ਕਰਦੇ ਆ, ਆ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਭਗਤੀ ਦਾ ਆਨੰਦ ਪ੍ਰਾਪਤ ਕਰਦੇ ਆ, ਇਹ ਵਾਹਿਗੁਰੂ ਦਾ ਸੰਗ ਹੈ। ਭਗਤ ਬਹੁ ਵਚਨ ਹੈ, ਭਗਤੀ ਕਰਨ ਵਾਲੇ ਵਾਹਿਗੁਰੂ ਦੇ ਪਿਆਰੇ, ਪਰਮੇਸ਼ਵਰ ਦੀ ਭਗਤੀ ਦਾ ਆਨੰਦ ਮਾਣਨ ਵਾਲੇ, ਉਸ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਵਾਲੇ ਜਿਹੜੇ ਭਗਤ ਨੇ, ਉਹਨਾਂ ਦਾ ਵਾਹਿਗੁਰੂ ਹਮੇਸ਼ਾ, ਜਿਵੇਂ ਆਪਾਂ ਗੁਰੂ ਦੇ ਸੰਗੀ ਹੈ, ਇਸੇ ਤਰ੍ਹਾਂ ਪਿਆਰਿਓ ਵਾਹਿਗੁਰੂ ਵੀ ਸਾਡਾ ਸੰਗੀ ਹੈ, ਤੇ ਭਗਤ ਸੋ ਹੈ ਦਰਬਾਰਾ, ਜਿਹੜੇ ਵਾਹਿਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ, ਪ੍ਰਭੂ ਦੀ ਬੰਦਗੀ ਕਰਨ ਵਾਲੇ, ਵਾਹਿਗੁਰੂ ਦਾ ਨਾਮ ਜਪਣ ਵਾਲੇ ਨੇ, ਉਹ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੇ ਦਰਬਾਰ ਵਿੱਚ ਸੁਭਾਈਮਾਨ ਹੁੰਦੇ ਹੈ। ਆਹ ਦੇਖੋ, ਆ ਗੁਰੂ ਦਾ ਦਰਬਾਰ ਹੈ, ਇੱਥੇ ਵੀ ਆਪਾਂ ਸੁਭਾਈਮਾਨ ਹੈ, ਇੱਥੇ ਸੋਹਣੇ ਕੌਣ ਹੈ? ਬੰਦਗੀ ਵਾਲੇ ਲੋਕ, ਨਾਮ ਰਸੀਏ ਲੋਕ ਇੱਥੇ ਸੋਭਾ ਪਾਉਂਦੇ ਹੈ, ਵਾਹਿਗੁਰੂ ਦੀ ਬਾਣੀ ਦੇ ਨਾਲ ਪਿਆਰ ਕਰਨ ਵਾਲੇ ਲੋਕ ਇੱਥੇ ਸੋਭਾ ਪਾਉਂਦੇ ਹੈ। ਪਿਆਰਿਓ, ਜਿਹੜੇ ਜੀਵ ਵਾਹਿਗੁਰੂ ਦੀ ਰਹਿਮਤ ਕਿਰਪਾ ਦਿਓ ਸਪਾਤਰ ਨੇ ਨਾ, ਵੇਖੋ ਪ੍ਰਾਪਤੀ ਕਰਨ ਲਈ ਚਾਰ ਪੱਖ ਨੇ, ਪਾਤਰ, ਉਹ ਪਾਤਰ, ਸੋ ਪਾਤਰ, ਤੇ ਗੁਰੂ ਮਹਾਰਾਜ ਦੀ ਸੰਗਤ ਸਾਰੀ। ਆਪਾਂ ਆ ਤਾਂ ਬੈਠੇ ਗੁਰੂ ਦੀ ਸੰਗਤ ਵਿੱਚ ਆਏ ਹਾਂ, ਪਰ ਉਹਨਾਂ ਵਿੱਚੋਂ ਕੁਝ ਲੋਕ ਪਾਤਰ ਨੇ,
ਜਿਹੜੇ ਵਾਹਿਗੁਰੂ ਦੀ ਕਿਰਪਾ ਦੀ ਪ੍ਰਾਪਤੀ ਲਈ ਸਮਰਪਿਤ ਨੇ, ਕੁਝ ਲੋਕ ਪਾਤਰ ਨੇ ਜਿਨ੍ਹਾਂ ਮਰਜ਼ੀ ਕੀਮਤੀ ਵਾਹਿਗੁਰੂ ਦਾ ਨਾਮ ਰਸ ਸਾਡੀ ਝੋਲੀ ਚ ਪਵੇ ਪਰ ਗਿਆਤ ਨਹੀਂ ਗਾ, ਸਮਝ ਨਹੀਂ। ਅਸੀਂ ਆਪਣੀਆਂ ਸੰਸਾਰੀ ਗੱਲਾਂ ਬਾਤਾਂ ਕਰਕੇ ਇੱਥੇ ਪੁੱਜ ਜਾਂਦੇ ਹਾਂ। ਵਾਹਿਗੁਰੂ ਦੀ ਸ਼ਰਨ ਵਿੱਚ ਆਏ ਸਮਾਂ ਵੀ ਔਰ ਇਹ ਵਾਹਿਗੁਰੂ ਨੂੰ ਭੇਟ ਕਰਤਾ ਪਰ ਇੱਥੋਂ ਪ੍ਰਾਪਤ ਬੜਾ ਕੁਛ ਕਰਿਆ। ਗੁਰੂ ਦੀ ਸ਼ਰਨ ਵਿੱਚ ਵੀ ਆਏ ਤੇ ਬੰਦੇ ਬੜਾ ਕੁਛ ਪਾ ਕੇ ਗਏ। ਉਹ ਕਪਾਤਰ ਨੇ ਇੱਕ ਲੋਕ ਇੱਥੇ ਸਤਸੰਗ ਵੀ ਕਰਦੇ ਆ, ਸਤਸੰਗ ਦੇ ਨਾਲ ਨਾਲ ਸੇਵਾ ਵੀ ਕਰਦੇ ਆ, ਸੇਵਾ ਦੇ ਨਾਲ ਨਾਲ ਪੁੱਲ ਦਾਨ ਵੀ ਕਰਦੇ ਆ, ਪੁੱਲ ਦਾਨ ਦੇ ਨਾਲ ਨਾਲ ਨਾਮ ਵੀ ਜਪਦੇ ਆ। ਇਹ ਜਿਹੜੇ ਚਾਰ ਪਦਾਰਥ ਨੇ ਸੰਸਾਰ ਵਿੱਚ ਦੁਨੀਆਂ ਵਿੱਚ ਨੇ, ਪਰ ਉਹਦੀ ਪ੍ਰਾਪਤੀ ਕੌਣ ਕਰਦੇ ਨੇ? ਗੁਰੂ ਜੀ ਕਹਿੰਦੇ ਚਾਰ ਪਦਾਰਥ ਹੈ ਜਗ ਮਾਹੀ ਭਾਵਹੀਣ ਨਰ ਭਾਵ ਤੋਂ, ਭਾਵਾਂ ਤੋਂ ਹੀਣੇ ਲੋਕ ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਨਹੀਂ ਕਰ ਸਕਦੇ। ਪਦਾਰਥ ਕੀ? ਧਰਮ ਅਰਥ ਕਾਮ ਮੋਖ, ਇਹ ਸਨਾਤਨ ਮਤ ਹੈ। ਪੁਰਾਣੇ ਸਮੇਂ ਯੁਗਾਂ ਯੁਗੰਤਰਾਂ ਦੀ ਮਰਿਆਦਾ ਵਾ, ਜਦੋਂ ਦੁਨੀਆਂ ਰਚੀ ਹੈ ਨਾ ਪਿਆਰਿਓ, ਆਹ ਕਾਰਜ ਸਾਰੇ ਹੁੰਦੇ ਹੀ ਆਏ ਆ। ਨਾਮ ਵੀ ਜਪਿਆ ਜਾਂਦਾ, ਸਤਸੰਗ ਵੀ ਹੁੰਦੀ ਹੈ, ਸੇਵਾ ਵੀ ਹੋ ਰਹੀ ਹੈ ਔਰ ਬਲਦਾਨ ਵੀ। ਪਰ ਪ੍ਰਾਪਤ ਕੌਣ ਕਰਦੇ ਨੇ? ਭਾਗਾਂ ਵਾਲੇ ਲੋਕ ਨੇ, ਜਿਹੜੇ ਭਾਗਾਂ ਤੋਂ ਹੀਣੇ ਲੋਕ ਹੈ, ਉਹ ਸਤਯੁਗ ਦੇ ਵਿੱਚ ਵੀ ਪ੍ਰਾਪਤੀ ਕਰ ਸਕੇ, ਤ੍ਰੇਤੇ ਚ ਵੀ ਪ੍ਰਾਪਤੀ ਕਰ ਸਕੇ ਤੇ ਦੁਆਪਰ ਦੇ ਵਿੱਚ ਵੀ। ਆਹ ਕਲਯੁਗ ਦਾ ਪ੍ਰਭਾਵ ਹੈ, ਇਸ ਸਮੇਂ ਦਾ ਔਖੀ ਹੈ, ਤੇ ਜਿਹਨਾਂ ਤੇ ਗੁਰੂ ਦੀ ਕਿਰਪਾ ਵਾ ਉਹਨਾਂ ਨੇ ਇੱਥੇ ਆ ਕੇ ਪ੍ਰਾਪਤੀ ਕਰੀ। ਫਿਰ ਸਾਡੇ ਗੁਰੂ ਨੇ ਸਾਨੂੰ ਚਾਰ ਪਦਾਰਥਾਂ ਦਾ ਵਰਣਨ ਕਰਕੇ ਦੱਸਿਆ, ਸੇਵਾ, ਸਤਸੰਗ, ਪੁੰਨ ਦਾਨ, ਪੂਰਨ ਪਦਾਰਥ ਨਾਮ ਹੈ। ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹ ਪੂਰਨ ਪਦਾਰਥ ਹੈ। ਇਹ ਭਾਗਾਂ ਤੋਂ ਹੀਣੇ ਕੁਛ ਨਾ ਦਾ ਸੰਗਤ ਕਰ ਸਕਣ, ਨਾ ਪੁੰਨ ਤੇ ਦਾਨ ਕਰ ਸਕਣ, ਤੇ ਨਾ ਹੀ ਨਾਮ ਜਪਣ ਸਕਣ, ਸੇਵਾ ਵੀ ਕਰ ਸਕਦੇ। ਤੇ ਜਿਹਨਾਂ ਨੇ ਸੇਵਾ ਕਰੀ ਉਹ ਕਰੀ ਸੇਵਾ ਸਮਰਪਿਤ ਹੋ ਗਈ, ਆਪਣੇ ਸਾਰੇ ਮਨੋਂ ਦੇ ਭਾਵ ਖਤਮ ਕਰਦੇ, ਕੋਈ ਮਰਦੀ ਚਾਹਨਾ ਨਹੀਂ ਰਹਿ ਗਈ। ਜਦੋਂ ਮਰਦੀ ਚਾਹਨਾ ਮਨ ਪਿਆਰਿਓ ਰਹੇ ਫਿਰ ਸੇਵਾ ਸਦਰੀ ਹੁੰਦੀ ਹੈ। ਸੇਵਾ ਇੰਨੀ ਵੱਡੀ ਹੈ, ਗੁਰੂ ਜੀ ਕਹਿੰਦੇ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ ਦੇ ਨਾਲ ਜਿਹੜੇ ਸੇਵਾ ਕਰਦੇ, ਜਦੋਂ ਪ੍ਰਾਪਤ ਕੀ ਹੁੰਦਾ? ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਣੀ। ਜਿਹੜੇ ਲੋਕ ਨਿਸ਼ਕਾਮ ਹੋ ਕੇ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰ ਲੈਂਦੇ ਆ, ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦਾ ਸਵਾਮੀ ਮਾਲਕ ਆਪ ਮਿਲ ਪੈਂਦਾ। ਪਿਆਰੇ ਜਿਹਨੂੰ ਪ੍ਰਭੂ ਮਿਲ ਗਿਆ ਫਿਰ ਰਹਿ ਕੀ ਗਿਆ? ਜਿਹਨਾਂ ਨੂੰ ਵਾਹਿਗੁਰੂ ਪਰਮੇਸ਼ਵਰ ਦੇ ਸਰੂਪ ਦਾ ਅੰਦਰ ਦਰਸ਼ਨ ਹੋ ਗਿਆ ਨਾ, ਉਹਨਾਂ ਨੂੰ ਸਾਰੇ ਖਜ਼ਾਨੇ ਮਿਲ ਗਏ। ਇਸ ਲਈ ਗੁਰੂ ਜੀ ਨੇ ਸਾਡੇ 'ਤੇ ਕਿਰਪਾ ਕਰੀ ਹੈ, ਗੁਰੂ ਜੀ ਬਖਸ਼ਿਸ਼ ਕਰਦੇ ਆ। ਕਹਿੰਦੇ ਪਿਆਰਿਓ, ਉਹ ਪਰਮੇਸ਼ਰ ਭਗਤਾਂ ਦਾ ਸੰਗੀ ਹੈ, ਹਮੇਸ਼ਾ ਭਗਤਾਂ ਦੇ ਸੰਗ ਰਹਿੰਦਾ, ਹਮੇਸ਼ਾ ਭਗਤਾਂ ਦੇ ਨਾਲ ਰਹਿੰਦਾ। ਇਸੇ ਲਈ ਗੁਰਮੁਖ ਬਣ ਜਾਂਦੇ ਆ, ਭਗਤੀ ਕਰਨ ਵਾਲੇ ਗੁਰਮੁਖ ਹੈ, ਕਿਉਂਕਿ ਉਹਨਾਂ ਦਾ ਮੁੱਖ ਹਮੇਸ਼ਾ ਗੁਰੂ ਬੰਦੀ ਹੈ। ਜੋ ਕਰਮ ਕਰਨ, ਜਿੱਥੇ ਕਰਮ ਕਰਨ, ਜੋ ਰਸਤੇ ਜਾਣ, ਪਰ ਉਹਨਾਂ ਦਾ ਮੁੱਖ ਹਮੇਸ਼ਾ ਗੁਰੂ ਗੱਦੀ ਹੈ, ਭਾਵ ਗੁਰੂ ਦੇ ਹਮੇਸ਼ਾ ਭੈ ਵਿੱਚ ਰਹਿ ਕੇ ਜੀਵਨ ਪਲ ਪਲ ਜਿਉਂਦੇ ਨੇ, ਹਰ ਘੜੀ ਗੁਰੂ ਨੂੰ ਸਮਰਪਿਤ ਰਹਿੰਦੇ ਆ। ਪਿਆਰਿਓ, ਤੇ ਜਿਹੜੇ ਗੁਰੂ ਦੀ ਕਿਰਪਾ ਦੇ ਬਖਸ਼ਿਸ਼ ਦੇ ਇਸ ਤਰ੍ਹਾਂ ਸੰਪਾਤਰ ਬਣ ਜਾਂਦੇ ਨੇ, ਉਹ ਭਗਤ ਜਨ ਗੁਰੂ ਦੇ ਦਰਬਾਰ ਵਿੱਚ ਸੋਭਾ ਪਾਉਂਦੇ ਆ। ਗੁਰੂ ਦਾ ਦਰਬਾਰ ਇੱਕ ਤਾਂ ਜਿੱਥੇ ਬੈਠੇ ਆ, ਇਹ ਵੀ ਸਤਸੰਗ ਗੁਰੂ ਪਿਆਰਿਓ ਸੱਚਖੰਡ ਦਾ ਰੂਪ ਹੈ। ਜਿੱਥੇ ਬ੍ਰਹਮਕਾਰ ਜੀ ਰਹਿੰਦੇ ਆ ਨਾ, ਪ੍ਰਭੂ ਜੀ ਆਪ ਵਸਦੇ ਨੇ ਉਸ ਦਰਬਾਰ ਦੇ ਵਿੱਚ, ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਲੋਕ ਸੋਭਾ ਪਾਉਂਦੇ ਆ, ਸਹਾਇਮਾਨ ਹੁੰਦੇ ਆ। ਇਸ ਲਈ ਸਾਨੂੰ ਸਾਰੇ ਗੁਰੂ ਪਿਆਰਿਆਂ ਨੂੰ, ਗੁਰੂ ਸੰਗਤ ਨੂੰ, ਸਾਰੇ ਲੋਕਾਂ ਨੂੰ ਚਾਹੀਦਾ ਵੀ ਸਤਸੰਗ ਵੀ ਕਰੀਏ, ਸੇਵਾ ਵੀ ਕਰੀਏ, ਪੁੱਲ ਤੇ ਦਾਨ ਵੀ ਕਰੀਏ, ਔਰ ਨਾਮ ਵੀ ਜਪੀਏ। ਇਹ ਚਾਰ ਜੀਵਨ ਦੇ ਪ੍ਰਮੁੱਖ ਪਦਾਰਥ ਹੈ, ਗੁਰੂ ਦੀ ਕਿਰਪਾ ਤੋਂ ਪ੍ਰਾਪਤ ਹੁੰਦੇ ਨੇ। ਸੋ ਪਿਆਰਿਓ, ਸਮਾਂ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ।
ਇਕਤਾ ਸਮਾਂ ਜਿਹੜਾ ਆਪਣੇ ਘੜੀ ਦੇ ਨਾਲ ਚੱਲਦਾ ਵਾ, ਇਹ ਸਮਾਂ ਵੀ ਸਮਾਂ ਨਹੀਂ ਦਿੰਦਾ, ਸਮਾਂ ਮਿਲਦਾ ਨੀਗਾ। ਇੱਕ ਸਮਾਂ ਸਾਡੀ ਜ਼ਿੰਦਗੀ ਦਾ ਵਾ, ਇਹ ਵੀ ਸਾਨੂੰ ਸਾਰਿਆਂ ਤੋਂ ਕੀਮਤੀ ਸਮਾਂ ਮਿਲਿਆ। ਇਹ ਵਾਰ ਵਾਰ ਸੁਭਾਅ ਸਮੇਂ ਮਿਲਦੇ ਨਹੀਂ, ਜਿਹੜੇ ਲੋਕ ਸਮੇਂ ਦੀ ਕੀਮਤ ਨੂੰ ਨਹੀਂ ਜਾਣਦੇ, ਜਿਹਨਾਂ ਨੂੰ ਆਪਣੇ ਇਹ ਜੀਵਨ ਦਾ ਗਿਆਨ ਨਹੀਂ ਨਾ, ਜਿਹਨਾਂ ਨੂੰ ਆਸ ਜੀਵਨ ਦੇ ਸਮੇਂ ਦਾ ਪਿਆਰਿਓ ਕੀਮਤੀ ਹੈ ਨਹੀਂ, ਜਿਹੜੇ ਇਸ ਜੀਵਨ ਦੇ ਮੁੱਲ ਨੂੰ ਨਹੀਂ ਜਾਣਦੇ, ਪਰ ਵਾਰ ਵਾਰ ਇਹ ਸਮੇਂ ਨਹੀਂ ਮਿਲਦੇ। ਤੇ ਗੁਰੂ ਦੀ ਸ਼ਰਨ ਵਿੱਚ ਆਉਣ ਵਾਲਾ ਸਮਾਂ ਵੀ ਭਾਗਾਂ ਵਾਲਿਆਂ ਨੂੰ ਮਿਲਦਾ। ਇਸ ਸਮੇਂ ਦਾ ਪਰ ਆਨੰਦ ਨਹੀਂ ਹੈ, ਇਹ ਆਨੰਦ ਹੈ ਸ਼ਾਂਤੀ ਦੇ ਨਾਲ ਗੁਰੂ ਦੇ ਦਰਸ਼ਨ ਕਰੀਏ, ਸ਼ਾਂਤੀ ਦੇ ਨਾਲ ਗੁਰੂ ਸੰਗਤਾਂ ਦੇ ਵਿੱਚ ਸਹਿਜਤਾ ਦੇ ਨਾਲ ਬਿਰਾਜਮਾਨ ਹੋਈਏ ਤੇ ਗੁਰੂ ਮਹਾਰਾਜ ਨੂੰ ਸਮਰਪਿਤ ਹੋ ਕੇ ਬਹਿਜੀਏ। ਇੱਥੋਂ ਪ੍ਰਾਪਤੀਆਂ ਕਿਸੇ ਮਨੁੱਖ ਤੋਂ ਨਹੀਂ ਹੁੰਦੀਆਂ, ਗੁਰੂ ਤੋਂ ਹੁੰਦੀਆਂ। ਆਪਾਂ ਸਾਰੇ ਲੋਕ ਸੰਸਾਰ ਦੇ ਹਾਂ, ਸਭ ਤੋਂ ਗਣਹਾਰ ਬਖਸ਼ਣਹਾਰਾ ਗੁਰੂ ਹੈ। ਇੱਥੇ ਬੇਅੰਤ ਪਿਆਰਿਓ ਬੋਲਦਿਆਂ ਤੋਂ, ਸੇਵਾ ਕਰਦਿਆਂ ਤੋਂ, ਸਤਸੰਗ ਕਰਦਿਆਂ ਤੋਂ, ਕਰਮ ਕਰਦਿਆਂ ਤੋਂ ਭੁੱਲਾਂ ਹੋ ਜਾਂਦੀਆਂ, ਪਰ ਜਦੋਂ ਗੁਰੂ ਨੂੰ ਸਮਰਪਿਤ ਹੋਈਏ ਫਿਰ ਉਹ ਬਖਸ਼ ਲੈਂਦਾ। ਸੋ ਇਸ ਲਈ ਗੁਰੂ ਦੇ ਅੱਗੇ ਸਮਰਪਿਤ ਹੋ ਜਾਈਏ। ਗੁਰੂ ਬਖਸ਼ਣਹਾਰੇ ਨੇ, ਗੁਰੂ ਦੀ ਕਿਰਪਾ ਰਹਿਮ ਦੀ ਵਰਖਾ ਹੋ ਰਹੀ ਹੈ। ਸੋ ਆਪਾਂ ਹਮੇਸ਼ਾ ਇਸ ਸਮੇਂ ਦਾ ਜੋ ਆਨੰਦ ਮਾਣਿਆ ਇਹਦਾ ਲਾਹਾ ਲਈਏ। ਲਾਹਾ ਇਹ ਹੈ ਵੀ ਕੰਮ ਸੇ ਕੰਮ ਸੁਬਾ ਸ਼ਾਮ ਢਾਈ ਘੰਟੇ ਵਾਹਿਗੁਰੂ ਦੇ ਸਿਮਰਨ ਲਈ ਸਮਰਪਿਤ ਹੋਣਾ ਚਾਹੀਦਾ। ਜਿਹੜਾ ਸਿਮਰਨ ਹੈ ਨਾ, ਵਾਹਿਗੁਰੂ ਦਾ ਨਾਮ ਜਪਣਾ, ਇਹ ਸਾਡੇ ਜੀਵਨ ਦਾ ਪੂਰਨ ਕਰਮ ਹੈ। ਸੋ ਇਹਨਾਂ ਸ਼ਬਦਾਂ ਨਾਲ ਸਮਾਪਤੀ ਵੀ ਕਰਾਂਗਾ ਔਰ ਬੇਨਤੀ ਵੀ ਕਰਾਂਗਾ ਵੀ ਗੁਰੂ ਸੰਗਤ ਜੀ, ਆਪਾਂ ਪੰਜ ਸੱਤ ਵਾਰੀ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਸਮਾਪਤੀ ਕਰਾਂਗੇ। ਆਓ ਸਾਰੀ ਗੁਰਸੰਗਤ ਪ੍ਰੇਮ ਪਿਆਰ ਨਾਲ, ਬੜੇ ਸ਼ਰਧਾ ਨਾਲ ਸਤਨਾਮ ਵਾਹਿਗੁਰੂ ਦੇ ਜਾਪ ਦਾ ਆਨੰਦ ਮਾਣੀਏ। ਸਤਨਾਮ ਵਾਹਿਗੁਰੂ, 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 ਜੋ ਮਹਾਂਪੁਰਸ਼ਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਇਹ ਦਰਬਾਰ ਸਜਿਆ, ਜੋ ਸਾਡੇ 'ਤੇ ਕਿਰਪਾ ਹੋ ਰਹੀ ਹੈ, ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਦਮਦਮੀ ਟਕਸਾਲ ਦੀ ਬੇਅੰਤ ਸੇਵਾ ਕਰੀ, ਉਹਨਾਂ ਦੀ ਇਹ ਯਾਦ ਵਿੱਚ ਅਸਥਾਨ ਬਣਾਏ ਗਏ। ਇੱਥੋਂ ਪ੍ਰਾਪਤੀ ਕੀ ਹੁੰਦੀ ਹੈ? ਇਸ ਸਥਾਨ ਦਾ ਨਾਮ ਰੱਖਿਆ ਗਿਆ ਅੰਮ੍ਰਿਤ ਪ੍ਰਕਾਸ਼, ਨਾਲੇ ਅੰਮ੍ਰਿਤ ਦੀ ਪ੍ਰਾਪਤੀ ਨਾਲੇ ਪ੍ਰਕਾਸ਼, ਭਾਵ ਸਾਡਾ ਹਨੇਰਾ ਦੂਰ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਗੁਰੂ ਸਾਨੂੰ ਗਿਆਨ ਬਖਸ਼ਿਸ਼ ਕਰਦੇ ਨੇ। ਸੋ ਮਹਾਂਪੁਰਸ਼ਾਂ ਦਾ ਔਰ ਇਸ ਅਸਥਾਨ ਦੇ ਪ੍ਰਬੰਧਕ ਪ੍ਰਧਾਨ ਸਾਹਿਬ ਕਮੇਟੀ ਹੈਡ ਗ੍ਰੰਥੀ ਸਾਹਿਬਾਨ ਸਾਰੇ ਜਿੰਨੇ ਵੀ ਸੇਵਾਦਾਰ ਨੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ। ਗੁਰੂ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੇਵਾ ਕਰਨ ਦਾ, ਸਤਸੰਗ ਕਰਨ ਦਾ,
नाम जपण का सुभाग वर्षन कर और विशेष तौर पर ज्ञानी भी मेरे नाम कथा करा रहे हैं इन्हों का विशेष धन्यवाद है क्योंकि दास तो इतने गुरु संगत के दर्शन लोगों साहब तो कथे ही आए थे पर होंगे असी जो आए तो सबों तो पूछा भी कहते थोड़े नाल तो है नहीं ना कोई मैं कहा जी दुनिया के कल ही आए हैं तो कल ही रहना तो नाल बथेरे है जो आए हैं जहाज भरया पाया सारा संसार भरया पाया जिथे जावे सज्जनों प्यारे मिल जाते हैं वाहेगुरु की कृपा वा ये गुरु का दरबार है ये आप हाजरी लाने आए हैं क्योंकि जीवन परमेश्वर की बख्शिश है संगत को मिलना गुरु की शरण में आना जिथे भी जाइए उत्थे गुरु की शरण में आके गुरु की प्यारी गुरसंगत के मिलाप करना बड़े लोगों का कथन है कहते जो दो सज्जन पुरश मिल जाए ना जीवन सफल हो जाता है उन्होंने वर्णन कर कहते चार मिले चौहट खिले बीस मिले कर जोड़ हर जन को हर जन मिले खिले सात करोड़ जो रब के प्यार मिली था रोम रोम खुश हो जाता है सो इन्होंने शब्द सारी गुरसंगत को हाथ जोड़ के गुरु महाराज अगे नमस्कार करके वाहेगुरु जी का खालसा वाहेगुरु जी अमन प्यार एकता रहे उथे जिथे मिशन है धर्म दे बानिया दा सारे देश दे भले नू सोच जाना कर्म सूर में भगत ते दानिया दा ओ लोक पूज दे मगरों यादगारा रहिंदा नाम है नेक निशानिया दा समदृष्टि होन दरबार सिंगा एहे रुतबा प्रेम ज्ञानिया दा एहे रुतबा ब्रह्म ज्ञानिया दा गुरु रूप गुरु प्यारी साध संगत जी जिन्नी भी एकत्र हुई महापुरशां दी संगी संगत सब तो पहला मैं गुरु महाराज के चरणों में आई हुई संगत नूं कोट वार नमस्कार अते गज के बुलाओ जी वाहिगुरु जी का खालसा श्री वाहिगुरु जी की फतेह श्रीमान स्वामी दरबारा सिंह जी लोपो वाले जिन्हां नूं कोई भी कोना दुनिया का यह नहीं हो सकता भी ना जानता हो महापुरश ब्रह्म ग्यानी उन्हां तो वरोसाए श्रीमान संत जोरा सिंह जी लोपो वाले अते मौजूदा गद्दी नशीन संत जगजीत सिंह जी जो अपने विच अज मौजूद ने आपां नूं गुरु ग्रंथ साहिब जी महाराज की अमर कथा प्रवचन सुना के निहाल करन वास्ते आए ने बहुत ज़्यादा उत्तम भाग समझदा मैं भी जिहड़े संगतां दे रूबरू होणगे मैनू दास नूं जे मैं कुछ कहां मैं कबीशर जरूर हाँ कबीशरी करदा रहा मैं प्रचारक नहीं कोई ये इन्हां दी कृपा दे नाल चार शब्द बोलण जोगा होया चलो आओ बहुता समा ना लईए कुछ क तुहाडे कविश्री दे रूप विच इक अद्धा शब्द मैं भेट करूँगा क्योंकि जिवें कहिंदे हुंदे आ भी गाउणा तां हुंदा तिन्नां जणिआं दा जिवें कहिंदे आ भी लड़ाई च भला जिन्नी मर्जी होण गाउणा असल तिन्नां दा हुंदा चलो मैं जिन्नी भी इन्हां दी कृपा दे नाल कुछ सिखिआ मैं उन्ना क कल्ला ही तुहाडे रूबरू होऊंगा मैं श्री गुरु नानक पातशाह बारे कुछ ना कुछ बोलूँगा कि गुरु नानक पातशाह जिहड़े निरंकार की जोत सी जिन्हां ने जिथे जिथे भी चरण पाए उत्थे ही पार ब्रह्म दे नक्शे खिंचते जे आपां जे बुद्धिजीवी लोग सोचण उत्थों तक सोच पहुँच नहीं सकती अज तक भी पर्वतां दे विच पंजे लाए हुए मौजूद ने पर जे साइंसदान कहणगे भी यह नहीं हो सकता उन्हां दे मनण योग नहीं गल हो सकती क्योंकि
ਉਹ ਪੰਜਾ ਜੋ ਲਾਇਆ ਸੀ ਪਹਾੜ ਵਿੱਚ ਉਹ ਹੀ ਨਹੀਂ ਸੀ ਗੁਰੂ ਨਾਨਕ ਨੇ ਆਪਦਾ ਨਾਮ ਲਾਉਣ ਖਾਤਰ ਲਾਤਾ ਸੀ ਉਹ ਕਿਸੇ ਦੀ ਖਾਤਰ ਪ੍ਰੇਮ 'ਚ ਲਾਇਆ ਸੀ ਕਿਉਂ ਲਾਇਆ ਸੀ ਕਹਿੰਦੇ ਮਰਦਾਨਾ ਜੀ ਨਾਲ ਜਾ ਰਹੇ ਸੀ ਮਹਾਰਾਜ ਦੇ ਉਹਨਾਂ ਨੂੰ ਉਸ ਜਗ੍ਹਾ ਰਸਤੇ ਵਿੱਚ ਇੱਕ ਪਿਆਸ ਲੱਗੀ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਦੋ ਮਿੰਟ ਜੇ ਰੁਕੋ ਮੈਨੂੰ ਪਾਣੀ ਦੀ ਪਿਆਸ ਬਹੁਤ ਲੱਗੀ ਆ ਪਾਤਸ਼ਾਹ ਕਹਿੰਦੇ ਮਰਦਾਨਾ ਜੀ ਪਾਣੀ ਅੱਗੇ ਪੀਵਾਂਗੇ ਚੱਲ ਕੇ ਕਿਤੇ ਕਹਿੰਦਾ ਮਹਾਰਾਜ ਮੇਰੇ ਤਾਂ ਸਵਾਸ ਨਿਕਲਣ ਵਾਲੇ ਹੋ ਗਏ ਇੰਨੀ ਪਿਆਸ ਲੱਗੀ ਆ ਤੁਸੀਂ ਕਹਿੰਦੇ ਅੱਗੇ ਚੱਲੋ ਕਹਿੰਦੇ ਚੰਗਾ ਫਿਰ ਜੇ ਨਹੀਂ ਰਹਿੰਦਾ ਤਾਂ ਆਹ ਪਹਾੜੀ ਹੈ ਇੱਕ ਇਹਦੇ ਉੱਪਰ ਚੜ੍ਹ ਜਾ ਇੱਥੇ ਪਾਣੀ ਪੀਣ ਯੋਗ ਹੈਗਾ ਹੋਰ ਧਰਤੀ 'ਤੇ ਇੱਥੇ ਪਾਣੀ ਪੀਣ ਯੋਗ ਨਹੀਂ ਗਾ ਚਲੋ ਮੈਂ ਮੁੱਕ ਦੀ ਗੱਲ ਕਰਾਂ ਕਹਿੰਦੇ ਮਰਦਾਨਾ ਜੀ ਨੂੰ ਉਹ ਪਹਾੜੀ ਦੇ ਉੱਪਰ ਚਲੇ ਗਏ ਉਹ ਪਹਾੜੀ ਸੀ ਵਲੀ ਕੰਧਾਰੀ ਦੀ ਉਹ ਸੀਤਾ ਇੱਕ ਜਿੱਦਾਂ ਕਹਿ ਲਈਏ ਆਪਾਂ ਪਖੰਡੀ ਰੱਬ ਨੂੰ ਮੰਨਣ ਵਾਲਾ ਸੀ ਵੈਸੇ ਪਰ ਉਹਨੇ ਇੱਕ ਕੂਆ ਬਣਾਇਆ ਸੀ ਜਿੱਦਾਂ ਮੀਂਹ ਦਾ ਪਾਣੀ ਉਹਦੇ ਵਿੱਚ ਇਕੱਤਰ ਕਰਦਾ ਸੀ ਉੱਥੋਂ ਲੋਕ ਪਾਣੀ ਪੀਣ ਵਾਸਤੇ ਲਿਆਉਂਦੇ ਸੀ ਉਹ ਕਹਿੰਦੇ ਮਰਦਾਨਾ ਜੀ ਚਲੇ ਗਏ ਉਹ ਬੈਠਾ ਮਰਦਾਨਾ ਜੀ ਹੁਣ ਜਦੋਂ ਕਿਸੇ ਨੂੰ ਕੋਈ ਕਿਸੇ ਚੀਜ਼ ਦੀ ਜ਼ਰੂਰਤ ਜ਼ਿਆਦਾ ਹੋਵੇ ਮਰਦਾਨਾ ਜੀ ਗਏ ਸਿੱਧੇ ਜਾ ਕੇ ਉਹਨਾਂ ਨੇ ਆਪਦਾ ਕਰਮੰਡਲ ਭਰਿਆ ਕੂਏ ਦੇ ਵਿੱਚੋਂ ਤੇ ਮੁੜਨ ਲੱਗੇ ਉਹ ਬਲੀ ਕੰਧਾਰੀ ਨੇ ਜਦੋਂ ਦੇਖਿਆ ਉਹ ਕਹਿੰਦਾ ਵੀ ਆਹ ਕਿਹੜਾ ਆ ਗਿਆ ਮੇਰੇ ਕੂਏ ਦੇ ਵਿੱਚੋਂ ਮੈਨੂੰ ਪੁੱਛਿਆ ਹੀ ਨਹੀਂ ਦੱਸਿਆ ਹੀ ਪਾਣੀ ਲੈ ਕੇ ਤੁਰ ਚੱਲਿਆ ਉਹ ਕਹਿੰਦਾ ਵੀ ਕੌਣ ਆ ਤੂੰ ਹੁਣ ਮਰਦਾਨਾ ਜੀ ਨੇ ਕਿਹੜਾ ਝੂਠ ਬੋਲਣਾ ਸੀ ਕਹਿੰਦਾ ਵੀ ਮੈਂ ਮਰਦਾਨਾ ਮੀਰ ਮਰਦਾਨਾ ਗੁਰੂ ਨਾਨਕ ਦਾ ਸੇਵਾਦਾਰ ਉਹ ਕਹਿੰਦਾ ਹਾਂ ਹਾਂ ਤੂੰ ਹਾਂ ਮੀਰ ਮਰਦਾਨਾ ਉਹ ਕਹਿੰਦਾ ਉਹ ਮੁਸਲਮਾਨਾਂ ਦਾ ਮੁੰਡਾ ਹੋ ਕੇ ਕਾਫਰ ਦਾ ਚੇਲਾ ਬਣਿਆ ਫਿਰਦਾ ਹੈ ਕਹਿੰਦੇ ਪਾਣੀ ਲੈਣ ਤੂੰ ਸਾਡੇ ਕੋਲ ਆਇਆ ਫਿਰ ਤੂੰ ਐਡਾ ਉਹਨੂੰ ਗੁਰੂ ਧਾਰਨ ਕਰੀ ਫਿਰਦਾ ਉਹ ਤੈਨੂੰ ਪਾਣੀ ਨਹੀਂ ਪਿਆ ਸਕਿਆ ਕਹਿੰਦੇ ਮਰਦਾਨੇ ਨੇ ਉੱਥੇ ਹੀ ਪਾਣੀ ਮਾਰਿਆ ਉਹਦਾ ਚਲਾ ਕੇ ਕਹਿੰਦਾ ਓਏ ਤੇਰੇ ਪਾਣੀ ਦੀ ਲੋੜ ਨਹੀਂ ਮੇਰੇ ਗੁਰੂ ਨੂੰ ਮਾੜਾ ਨਾ ਬੋਲੀ ਉਹ ਕਹਿੰਦਾ ਕਿਉਂ ਫਿਰ ਜੇ ਸੱਚ ਤਾਂ ਸੱਚ ਹੀ ਹੁੰਦਾ ਵਲੀ ਕੰਧਾਰੀ ਕਹਿੰਦਾ ਕਹਿੰਦਾ ਗੱਲ ਇਹ ਆ ਮੁੜੇ ਆਇਆ ਉੱਥੋਂ ਸਿੱਟ ਕੇ ਪਾਣੀ ਮਹਾਰਾਜ ਨਾਲ ਆਣ ਕੇ ਬਚਨ ਲੱਗਾ ਕਰਨ ਕਹਿੰਦਾ ਸੱਚੇ ਪਾਤਸ਼ਾਹ ਇਹੋ ਜਿਹਾ ਤੇ ਮੱਥੇ ਕਿਉਂ ਲਾਇਆ ਜਦੋਂ ਤੈਨੂੰ ਪਤਾ ਸੀ ਮਹਾਰਾਜ ਕਹਿੰਦੇ ਕੀ ਹੋ ਗਿਆ ਪਾਣੀ ਪੀਤਾ ਨਹੀਂ ਕਹਿੰਦੇ ਤੁਸੀਂ ਪਾਣੀ ਨੂੰ ਛੱਡੋ ਚਲੋ ਚੱਲ ਗਏ ਅੱਗੇ ਮਹਾਰਾਜ ਕਹਿੰਦੇ ਆਏ ਕਿਵੇਂ ਚਲੇ ਜਾਵਾਂਗੇ ਤੈਨੂੰ ਪਿਆਸ ਲੱਗੀ ਹੋਵੇ ਆਪਾਂ ਅੱਗੇ ਚਲੇ ਚੱਲ ਗਏ ਕਹਿੰਦੇ ਫਿਰ ਜੀ ਉਹ ਤਾਂ ਮੈਂ ਸੁਣ ਨਹੀਂ ਸਕਿਆ ਜਿਹੜੇ ਸ਼ਬਦ ਤੁਹਾਨੂੰ ਬੋਲਿਆ ਉਹ ਕਹਿੰਦੇ ਫਿਰ ਹੁਣ ਕੀ ਹੋਣਾ ਚਾਹੀਦਾ ਕਹਿੰਦੇ ਜੀ ਫਿਰ ਉਹਨੂੰ ਤਾਂ ਕੁਛ ਨਾ ਕੁਛ ਸ਼ਬਦ ਸਿਖਾਉਣਾ ਚਾਹੀਦਾ ਕਹਿੰਦੇ ਮਹਾਰਾਜ ਨੇ ਕਹਿੰਦੇ ਲੈ ਫਿਰ ਐਂ ਕਰ ਆਹ ਪੱਥਰ ਚੱਕ ਇੱਥੋਂ ਥੱਲਿਓ ਇੱਕ ਜਦੋਂ ਪੱਥਰ ਚੱਕਿਆ ਕਹਿੰਦੇ ਬਲੀ ਕੰਧਾਰੀ ਦਾ ਸਾਰਾ ਹੀ ਪਾਣੀ ਕੂਏ ਦਾ ਥੱਲੇ ਆ ਗਿਆ ਖਿੱਚ ਲੈਣ ਦਾ ਹੁਣ ਬਲੀ ਕੰਧਾਰੀ ਤਾਂ ਪਹਿਲਾਂ ਹੀ ਗੁੱਸੇ ਸੀ ਜਦੋਂ ਪਾਣੀ ਆਇਆ ਸਾਰਾ ਨਿਕਲ ਕੇ ਉਹਨੇ ਕਿਹਾ ਵੀ ਆ ਇਹ ਕੀ ਬਣ ਗਿਆ ਉਹਨੇ ਫਿਰ ਗੁੱਸੇ 'ਚ ਹੋ ਕੇ ਪੱਥਰ ਰੋੜਿਆ ਸੀ ਉੱਪਰੋਂ ਜਿਹੜਾ ਅੱਜ ਵੀ ਜਿਹਦੇ ਵਿੱਚ ਪੰਜਾ ਲੱਗਾ ਉਹ ਜਦੋਂ ਪੱਥਰ ਰੋੜਿਆ ਆਉਂਦਾ ਸੀ ਥੱਲੇ ਨੂੰ ਮਰਦਾਨੇ ਦੇ ਕਹਿੰਦੇ ਜਦੋਂ ਨਜ਼ਰ ਪਈ ਮਹਾਰਾਜ ਕਹਿੰਦੇ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਪੱਥਰ ਆਉਂਦਾ ਰੁੜਿਆ ਪਾਸੇ ਹਟ ਜਾ ਮੌਤ ਹੋਜੂ ਉੱਪਰ ਡਿੱਗੂ ਤੇਰੇ ਮਰਦਾਨਾ ਕਹਿੰਦਾ ਮਹਾਰਾਜ ਮੈਂ ਹੁਣ ਨਹੀਂ ਭੁੱਲਿਆ ਜੇ ਤੁਸੀਂ ਪਾਣੀ ਲਿਆ ਕੇ ਖਿੱਚ ਕੇ ਥੱਲੇ ਪਿਆ ਸਕਦੇ ਪੱਥਰ ਨਹੀਂ ਰੋਕ ਸਕਦੇ ਐਂ ਪਿਆਰ ਦੇ ਵਿੱਚ ਫਿਰ ਮਹਾਰਾਜ ਨੂੰ ਪੰਜਾ ਲਾਉਣਾ ਪਿਆ ਨਾ ਕਿ ਉੱਥੇ ਕੋਈ ਕਲਾ ਵਰਤਾਉਣ ਦੀ ਲੋੜ ਸੀ ਕਿਉਂਕਿ ਪਿਆਰਿਆਂ ਦੀ ਖਾਤਰ ਮਹਾਰਾਜ ਸਭ ਕੁਛ ਕਰਦੇ ਸੀ ਆਓ ਮੈਂ ਇੱਦਾਂ ਦਾ ਹੀ ਕੋਈ ਸ਼ਬਦ ਗੁਰੂ ਨਾਨਕ ਮਹਾਰਾਜ ਦਾ ਤੁਹਾਡੇ ਚਰਨਾਂ ਵਿੱਚ ਭੇਟ ਕਰੂੰਗਾ ਜੋ ਸਾਨੂੰ ਘਾਲਣਾ ਘਾਲ ਕੇ ਦਸਾਂ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਲੜ ਲਾਇਆ ਇਹ ਜੋ ਰੱਬੀ ਬਾਣੀ ਹੈ ਅਕਾਲੀ ਬਾਣੀ ਹੈ ਇਹਦਾ ਇੱਕ ਇੱਕ ਸ਼ਬਦ ਜੇ ਅਸੀਂ ਸਰਵਣ ਕਰੀਏ ਸਾਡਾ ਜੀਵਨ ਪਲਟ ਸਕਦਾ ਮੇਰਾ ਜਿਹੜਾ ਛੰਦ ਹੋ ਉਹਦੀ ਟੇਕ ਆ ਵੀ ਬਣ ਸੇਵਕ ਸਤਿਗੁਰ ਦਾ ਮਨ ਆਇਓ ਕਹਿੰਦੀ ਹੈ ਗੁਰਬਾਣੀ ਤੁਸੀਂ ਗੁਰਬਾਣੀ ਦੇ ਲੜ ਲੱਗ ਕੇ ਭਵਜਲ ਪਾਰ ਕਰ ਸਕਦੇ ਹੋ ਓ ਹੁਣ ਸੁਣੋ ਖਾਲਸਾ ਜੀ ਸਾਡੇ ਸਤਿਗੁਰ ਦਾ ਜੋ ਕਹਿਣਾ ਇਸ ਝੂਠੀ ਦੁਨੀਆਂ ਤੇ ਮਨਾ ਤੂੰ ਅਮਰ ਸਦਾ ਨਹੀਂ ਰਹਿਣਾ ਉਹ ਪਰਮ ਰੂਪ ਬਣ ਗਏ ਜਿਸਨੇ ਪੜ ਲਈ ਅਮਰ ਕਹਾਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਹੈ ਗੁਰਬਾਣੀ
ओ सिंह मती दास वरगे जिन्हां दे चले सीस ते यारे अज सीस नवाउंदे ने उन्हां नूं चन सूरज ते तारे ओ सिखी नूं हारिया नी बच्चे मारे सी उमर न्याणी ओ बन सेवक सतगुर दा मनायो कहिंदी है गुरबाणी ओ सिंह मनी चढ़े चरखी जिसने पंद पंद जुदा करा ले बाबे दीप सिंह वर्गे जिन्हां ने तलिए सीस टका ले ਓ ਹੱਥ ਖੰਡਾ ਸਿੱਖੀ ਦਾ ਹੱਥ ਖੰਡਾ ਸਿੱਖੀ ਦਾ ਅਡਾਤੀ ਮੁਗਲਾਂ ਵਾਲੀ ਟਾਣੀ ਬਣ ਸੇਵਕ ਸਤਗੁਰ ਦਾ ਮਨਾਇਓ ਕਹਿੰਦੀ ਹੈ ਗੁਰਬਾਣੀ ਓ ਇੱਕ ਬਾਬੇ ਬੰਦੇ ਨੇ ਸੀਗ ਮਾਰਿਆ ਮੁਗਲ ਪਠਾਣਾ ਸਰ ਕਰਿਆ ਸੰਢੋਰੇ ਨੂੰ ਜਿਹਨੇ ਤੋੜਿਆ ਸ਼ਹਿਰ ਸਮਾਣਾ ਸਿੱਖੀ ਨੂੰ ਹਾਰਿਆ ਨਾ ਸਿੱਖੀ ਨੂੰ ਹਾਰਿਆ ਨਾ ਬੱਚੇ ਮਾਰੇ ਉਮਰ ਨਿਆਣੀ ਬਣ ਸੇਵਕ ਸਤਗੁਰ ਦਾ ਮਨਾਇਓ ਕਹਿੰਦੀ ਹੈ ਗੁਰਬਾਣੀ ਇੱਕ ਜਥਾ ਸਿੰਘਣੀਆਂ ਦਾ ਜਿਹੜਾ ਚੱਲ ਕੇ ਲਾਹੌਰੋਂ ਆਇਆ ਸੀ ਮੀਰ ਮਨੂ ਨੇ ਜੀ ਘੇਰਾ ਵਿੱਚ ਰਸਤੇ ਦੇ ਪਾਇਆ ਬਈ ਸਿੱਖੀ ਨੂੰ ਹਾਰਿਆ ਨਾ ਬੱਚੇ ਮਾਰੇ ਉਮਰ ਨਿਆਣੀ ਓ ਬਣ ਸੇਵਕ ਸਤਗੁਰ ਦਾ ਮਨਾਇਓ ਕਹਿੰਦੀ ਹੈ ਗੁਰਬਾਣੀ ਹੋ ਇੱਕ ਮਾਈ ਭਾਗੋ ਜੀ ਓ ਇੱਕ ਮਾਈ ਭਾਗੋ ਜੀ ਜਿਸਨੇ ਪੂਰ ਸਿੱਖੀ ਨੂੰ ਚਾੜਿਆ ਕਾਗਜ਼ ਵੇ ਦਾਵੇ ਦਾ ਫੜ ਕੇ ਦਸਮ ਗੁਰਾਂ ਨੇ ਪਾੜਿਆ ਧੰਨ ਉਹਨਾਂ ਮਾਈਆਂ ਦੇ ਧੰਨ ਉਹਨਾਂ ਮਾਈਆਂ ਦੇ ਜਿਨ੍ਹਾਂ ਨੇ ਸਿੱਖੀ ਦੀ ਕਦਰ ਪਛਾਣੀ ਉਹ ਬਣ ਸੇਵਕ ਸਤਗੁਰ ਦਾ ਮਨਾਇਓ ਕਹਿੰਦੀ ਹੈ ਗੁਰਬਾਣੀ ਇੱਕ ਨਾਮ ਵਾਹਿਗੁਰੂ ਦਾ ਜਿਹੜਾ ਸਭ ਦੇ ਕਸ਼ਟ ਨਵਾਰੇ ਰਾਜਾ ਤੇ ਸ਼ਾਮ ਕਵੇ ਲਾਵੋ ਗੁਰੂ ਨਾਨਕ ਜੈਕਾਰੇ ਓ ਸ਼ਹਿਰ ਬਰਾੜ ਕਹੇ ਬਾਣੀ ਹੈ ਰਤਨਾ ਦੀ ਖਾਣੀ ਓ ਬਣ ਸੇਵਕ ਸਤਗੁਰ ਦਾ ਮਨਾਇਓ ਕਹਿੰਦੀ ਹੈ ਗੁਰਬਾਣੀ ਬਣ ਸੇਵਕ ਸਤਗੁਰ ਦਾ ਮਨਾਇਓ ਕਹਿੰਦੀ ਹੈ ਗੁਰਬਾਣੀ